ਉਧਰ ਪੀਐਮ ਜਸਟਿਨ ਟਰੂਡੋ ਨੇ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਟੋਰਾਂਟੋ ਸੂਬੇ ਦੇ ਪੀੜਤਾਂ ਨਾਲ ਟਵੀਟ ਕਰਕੇ ਹਮਦਰਦੀ ਜਤਾਈ ਹੈ। ਟਰੂਡੋ ਨੇ ਟਵਿੱਟਰ ਤੇ ਕਿਹਾ ਕਿ ਮੇਰੇ ਵਿਚਾਰ ਟੋਰਾਂਟੋ ਵਿੱਚ ਬੀਤੀ ਰਾਤ ਡਨਫੋਰਸ ਦੇ ਭਿਆਨਕ ਤ੍ਰਾਸਦੀ ਤੋਂ ਪ੍ਰਭਾਵਿਤ ਹੋਏ ਹਰ ਵਿਅਕਤੀ ਦੇ ਨਾਲ ਨੇ ਅਤੇ ਜ਼ਖਮੀ ਹਾਲਾਤ ਵਿੱਚ ਵਿਕਟਮ ਪੂਰੀ ਤਰ੍ਹਾਂ ਠੀਕ ਹੋਣਗੇ। ਉਹਨਾਂ ਅੱਗੇ ਕਿਹਾ ਕਿ ਟੋਰਾਂਟੋ ਦੇ ਲੋਕ ਮਜ਼ਬੂਤ ਅਤੇ ਬਹਾਦੁਰ ਨੇ ਅਤੇ ਅਸੀਂ ਇਸ ਮੁਸ਼ਕਿਲ ਦੇ ਸਮੇਂ ਤੁਹਾਡੀ ਮਦਦ ਕਰਨ ਲਈ ਉੱਥੇ ਹਾਂ। ਜ਼ਿਕਰਯੋਗ ਹੈ ਕਿ ਟੋਰਾਂਟੋ ਦੇ ਸ਼ਹਿਰ ਵਿੱਚ ਡੈਨਫੋਰਥ ਐਂਡ ਲੋਗਾਨ ਐਵੇਨਿਊ ਖੇਤਰ ਵਿੱਚ ਇੱਕ ਵਿਅਕਤੀ ਨੇ ਅੰਨੇਵਾਹ ਗੋਲੀਆਂ ਚਲਾਈਆਂ ਜਿਸ ਵਿੱਚ ਬੱਚਿਆਂ ਸਮੇਤ 9 ਲੋਕ ਜ਼ਖਮੀ ਹੋ ਗਏ। ਹਾਲਾਂਕਿ ਪੁਲਿਸ ਨਾਲ ਮੁਕਾਬਲੇ ਦੌਰਾਨ ਹਮਲਾਵਰ ਵੀ ਮਾਰਿਆ ਗਿਆ। ਇਸ ਸੰਬੰਧੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਸਾਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਸਾਰੀਆਂ ਸਟਰੀਟਸ ਬੰਦ ਕਰ ਦਿੱਤੀਆਂ। ਇਹ ਘਟਨਾ ਗ੍ਰੀਕਟਾਊਨ ਵਿੱਚ ਬਰਾਸ ਟੈਪਸ ਪੀਜ਼ਾ ਪੱਬ ਨੇੜੇ ਵਾਪਰੀ ਅਤੇ ਇਹ ਗੋਲੀਬਾਰੀ ਇੱਕ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਗਈ। ਹਮਲਾਵਰ ਵੀ ਪੁਲਿਸ ਨਾਲ ਮੁਕਾਬਲੇ ਵਿੱਚ ਢੇਰ ਹੋ ਗਿਆ। ਪ੍ਰਤੱਖ ਦਰਸ਼ੀਆਂ ਮੁਤਾਬਕ ਹਮਲਾਵਰ ਨੇ 10 ਤੋਂ 12 ਗੋਲੀਆਂ ਚਲਾਈਆਂ ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ ਸਨ।